Na 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 na
ਕਹਿੰਦਾ ਸ਼ਰਾਬ ਗੱਲ ਨਹੀਂ ਪਿੰਡੋ ਚਿੱਠੀਆਂ ਵੱਡੇ ਪਾਈ ਦੇਣੀਆਂ ਪਾਲਾ ਤਿੰਨ ਖੂਨ ਮਾਫ ਕਰਦੇ ਭਾਗ ਵਿੱਚ ਉਹਨਾਂ ਨੂੰ ਬਲਵੀਰਾਂ ਨੂੰ ਤੇ ਕੁੱਕਰ ਨੂੰ ਮਾਰਨਾ ਇੱਕ ਦਿਨ ਰਫਲ ਫੌਜੀ ਨੌਜਵਾਨ ਹੋਰ ਤੇ ਨਾਵਾਂ ਕਟਾ ਕੇ ਪਿੰਡ ਜਾ ਜਾਂਦਾ ਆ ਕੇ ਫੌਜੀਆਂ ਨਾਲ ਟੈਂਕ ਖੋਲ ਕੇ ਰਾਮ ਦੀ ਬੋਤਲ ਕਰ ਦਿੰਦੀ ਆ ਸਿੱਧੂ ਇਹਨਾਂ ਦੇ ਚੜ ਜਾਂਦੀ ਆ ਜੱਟ ਨੂੰ ਨਾਲ ਕਹਿੰਦੀਆਂ ਨਾਲ ਆਪਣਾ ਪਿੰਡ ਜਾ ਮਾਰਾ ਲੈ ਤੇ ਮੇਰਾ ਨਾ ਕਿ ਆਈ ਖਾਣੇ ਵਿੱਚ ਕੁੱਟਾ ਮਾਰਾ ਪਰ ਤੰਗ ਤੋਂ ਪਜਵਾ।
ਸ਼ਾਬਾਸ਼। ਕੱਲ ਸਾਡਾ ਬਟਾਲੇ ਵਾਲਾ ਪ੍ਰੋਗਰਾਮ, ਉੱਥੇ ਕੀ ਦੇਖਦੇ ਆ, ਲਾੜੇ ਦੀਆਂ ਲੱਤਾਂ ਘੋੜੀ ਤੇ ਚੜਾਇਆ, ਉਹ ਤੇ ਲੱਤਾਂ ਉਹਦੀਆਂ ਰਕਾਬਾਂ ਨਾ ਬੰਨੀਆਂ। ਮੈਂ ਜ਼ਿੰਦਗੀ ਚ ਪਹਿਲੀ ਦਫਾ ਦੇਖਿਆ ਜਿਹਨੇ ਸਾਨੂੰ ਬੁੱਕ ਕੀਤਾ। ਮੈਂ ਕਿਹਾ ਭਾਅ ਜੀ ਗੱਲ ਸੁਣਿਆ ਜੀ, ਉਹ ਕਹਿੰਦਾ ਦੱਸੋ ਜੀ। ਕਹਿੰਦਾ ਯਾਰ ਮੈਂ ਜ਼ਿੰਦਗੀ ਚ, ਮੈਂ ਕਿਹਾ ਵੀ ਮੈਂ ਪਹਿਲੀ ਦਫਾ ਦੇਖਿਆ ਵੀ ਦੂਲਿਆਂ ਦੀਆਂ ਲੱਤਾਂ ਘੋੜੀ ਦੀਆਂ ਰਕਾਬਾਂ ਨੇ ਨਾਲ ਬੰਨੀਆਂ ਉੱਤੇ ਬਿਠਾਇਆ ਗਿਆ। ਆਹਦਾ ਬਾਈ ਜੀ ਪੁੱਛਾ ਇਹਨੂੰ, ਆਹਦੇ ਤਾਂ ਘੋੜੀ ਤੋਂ ਥੱਲੇ ਉੱਤਰ ਕੇ ਪੈਸੇ ਚੁਗਣੇ ਸ਼ੁਰੂ ਕਰ ਦਿੰਦਾ। ਕਹਿੰਦਾ ਥੱਲੋ ਜਗਾ ਸਿੰਘ ਜੀ 10 ਰੁਪਏ ਸਪੈਸ਼ਲ ਆਮ ਕਲਾਕਾਰਾਂ ਨੂੰ, ਗੋਰੀ ਹਿੱਕ ਤੇ ਆਲਣਾ ਪਾ ਲੈਣ ਦੇ। ਇੱਕ ਮੇਰੀ ਫਿਲਮ ਆ ਰਹੀ ਆ, ਕੀ ਬਣੂ ਦੁਨੀਆ ਦਾ, ਗੁਰਦਾਸ ਮਾਨ ਹੀਰੋ, ਮੈਂ ਇੱਕ ਛੋਟਾ ਜਿਹਾ ਵਿਲਨ ਉਹਦੇ 'ਚ, ਉਹਦੇ 'ਚ ਗਾਣਾ ਜਿਹੜਾ ਮੇਰੇ 'ਤੇ ਫਰਮਾ ਰਿਹਾ ਉਹ ਵੀ ਤੁਹਾਡੇ ਸਾਈਡ ਪੇਸ਼ ਕਰਾਂਗੇ, ਮੇਰੇ ਹੀ ਗਾਇਆ। ਇੱਕ ਫਿਲਮ ਬਣ ਰਹੀ ਆ ਮਨ ਤੋਂ ਫੁੱਲ ਵਰਗੀ, ਇੱਕ ਪਟੋਲਾ ਬਣ ਰਹੀ ਆ ਮਨ ਤੋਂ ਫੁੱਲ ਵਰਗੀ ਦਾ ਦੁਕਾਨਾ, ਜਿਹੜਾ ਸਾਡਾ ਰਿਕਾਰਡ ਹੋਇਆ ਤੁਹਾਡੀ ਸਿਹਤ ਪੇਸ਼ ਕਰ ਰਹੇ ਹਾਂ, ਬਿਲਕੁਲ ਨਵੀਆਂ ਆਈਟਮਾਂ ਪੇਸ਼ ਕਰਨੀਆਂ ਨੇ। ਇਹ ਗੀਤ ਗੱਲ ਅਨਪੜ੍ਹ ਮੁੰਡੇ ਦਾ ਲਿਖਿਆ, ਆਪਣੇ ਇਧਰਲੇ ਪਿੰਡਾਂ ਦਾ ਹੀ ਆ, ਮਾਲਵੇ ਦਾ ਹੀ, ਬਿਲਕੁਲ ਹਰਮੋਣ ਵਾਲਾ ਲਿਖਦਾ। ਹੋਰ ਕੇ ਮੁੰਡੇ ਕਈ ਵਿੱਚ ਵਕਾਲਤ ਕਰਨ ਵਾਲੇ ਸੱਜਣ ਵੀ ਹੈਗੇ ਜਿਹਨਾਂ ਦੀ ਬਹੁਤ ਤਗੜੀ ਪ੍ਰੈਕਟਿਸ ਚੱਲਦੀ ਆ, ਮੈਨੂੰ ਪਤਾ ਸਾਰਿਆਂ ਦਾ। ਤਾਂ ਨਾਲ ਸੁਣੋ, ਗੋਰੀ ਹਿੱਕ ਤੇ ਆਲਣਾ ਪਾ ਲੈਣ ਦੇ।
ਤਰੱਕੀਆਂ ਬਖਸ਼ੇ 100 ਰੁਪਿਆ ਸਪੈਸ਼ਲ ਆਮ ਤਾੜੀ ਮਾਰ ਦੇ ਦੂਜਾ ਸਾਥ ਦੇ ਨਾਂ ਤੇ ਮੈਂ ਤੇਰੇ ਨਾਲ ਸ਼ੁਕਰੀਆ ਲਗਣਾ ਮਿਹਰਬਾਨੀ ਤੇ
ਅਖੀਰੀਆਂ ਚਾਰ ਮਹੀਨੇ ਦਾ ਚਾਨਣ ਹੈ What?
Yeah.
ਬਤਾਲੀ ਸ਼ਿਕਾਇਤ ਨਹੀਂ ਅਜੇ ਨਹੀਂ ਅਜੇ ਨਹੀਂ ਆ ਦੂਜਾ ਮੈਂ ਸੋਚ ਰਿਹਾ।